ਪੁਕਾਰ ਟੀਵੀ ਵੱਲੋਂ ਮੰਗਲਵਾਰ 20 ਅਪ੍ਰੈਲ 2021 ਬਾਅਦ ਦੁਪਹਿਰ ਖਬਰਾਂ ਦੇ ਸਿਲਸਿਲੇ ਵਿੱਚ ਸਵਾਗਤ। ਪੰਜਾਬ ਦੇ ਉਦਯੋਗ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਉਦਯੋਗਾਂ ਨੂੰ ਹਰ ਸੰਭਵ ਸਹਾਇਤਾ ਅਤੇ ਸਹਿਯੋਗ ਦਾ ਭਰੋਸਾ ਦਿੱਤਾ ਹੈ ਅਤੇ ਉਹਨਾਂ ਸਨਅਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਦੀ ਭਲਾਈ ਅਤੇ ਸੁਰੱਖਿਆ ਵਾਸਤੇ ਹਰ ਕਿਸਮ ਦੀ ਸਹੂਲਤ ਦਿੱਤੀ ਜਾਵੇ। ਸ੍ਰੀ ਅਰੋੜਾ ਨੇ ਕਿਹਾ ਕਿ ਸੂਬੇ 'ਚ ਕੰਮ ਕਰ ਰਹੀਆਂ ਸਾਡੀਆਂ ਉਦਯੋਗਿਕ ਇਕਾਈਆਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਕੋਵਿਡ ਮਹਾਂਮਾਰੀ ਦੌਰਾਨ ਸਾਲ 2020 ਵਿੱਚ ਵੀ ਪੂਰਾ ਸਮਰਥਨ ਦਿੱਤਾ ਅਤੇ ਪੰਜਾਬ ਵਿੱਚ ਉਦਯੋਗ ਖੇਤਰ ਨੂੰ ਕੋਵਿਡ ਸੰਕਟ ਦਾ ਮੁਕਾਬਲਾ ਕਰਨ ਯੋਗ ਬਣਾਇਆ। ਇੱਥੇ ਹੀ ਬਸ ਨਹੀਂ, ਸਗੋਂ ਪੰਜਾਬ ਦੇ ਉਦਯੋਗਿਕ ਖੇਤਰ ਨੇ ਦੇਸ਼ ਲਈ ਲੋੜੀਂਦੀਆਂ PPE ਕਿੱਟਾਂ ਅਤੇ ਮਾਸਕ ਦਾ ਉਤਪਾਦਨ ਵੀ ਕੀਤਾ। ਮੌਜੂਦਾ ਸਾਲ ਦੌਰਾਨ ਮੈਡੀਕਲ ਆਕਸੀਜਨ ਦੀ ਨਿਰਵਿਘਨ ਸਪਲਾਈ ਨੂੰ ਯਕੀਨੀ ਬਣਾਉਣ ਲਈ ਉਦਯੋਗਿਕ ਇਕਾਈਆਂ ਮੈਡੀਕਲ ਆਕਸੀਜਨ ਦਾ ਨਿਰਮਾਣ ਕਰਨ ਲਈ ਅੱਗੇ ਆਈਆਂ ਹਨ। ਉਹਨਾਂ ਕਿਹਾ ਕਿ ਸਾਰੇ ਜ਼ਿਲ੍ਹਿਆਂ ਵਿੱਚ ਬਹੁਤ ਸਾਰੀਆਂ ਉਦਯੋਗਿਕ ਇਕਾਈਆਂ ਪ੍ਰਵਾਸੀ ਉਦਯੋਗਿਕ ਕਾਮਿਆਂ 'ਤੇ ਨਿਰਭਰ ਹਨ ਅਤੇ ਇਹ ਤਸੱਲੀ ਵਾਲੀ ਗੱਲ ਹੈ ਕਿ ਸੂਬੇ ਵਿੱਚੋਂ ਪ੍ਰਵਾਸੀ ਮਜ਼ਦੂਰਾਂ ਦੀ ਆਵਾਜਾਈ ਦੀ ਕੋਈ ਖਬਰ ਨਹੀਂ ਆਈ ਹੈ ਜੋ ਕਿ ਦੂਜੇ ਰਾਜਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਰੋਨਾ ਤਾਲਾਬੰਦੀ ਨੂੰ ਦੇਖਦਿਆਂ ਲੋੜਵੰਦਾਂ ਲਈ ਲੰਗਰ ਸੇਵਾ ਸ਼ੁਰੂ ਕਰਨ, ਕੋਰੋਨਾ ਪੀੜਤਾਂ ਦੇ ਪਰਿਵਾਰਾਂ ਨੂੰ 3 ਸਮੇਂ ਦਾ ਲੰਗਰ ਭੇਜਣ ਅਤੇ ਬਾਲਾ ਸਾਹਿਬ ਹਸਪਤਾਲ ਦੇ ਇੱਕ ਹਿੱਸੇ ਸਮੇਤ ਗੁਰਦੁਆਰਾ ਸਾਹਿਬਾਨ ਦੀਆਂ ਸਰਾਵਾਂ ਅਤੇ ਲੰਗਰ ਹਾਲਾਂ ਸਮੇਤ ਵੱਡੇ ਹਾਲ ਕੋਰੋਨਾ ਲਈ ਕੋਵਿਡ ਕੇਅਰ ਸੈਂਟਰ 'ਤੇ ਇਕਾਂਤਵਾਸ ਘਰ ਵਜੋਂ ਵਰਤਣ ਦੀ ਪੇਸ਼ਕਸ਼ ਕੀਤੀ ਹੈ। ਦਿੱਲੀ ਵਿਖੇ ਅਕਾਲੀ ਦਲ ਦਫ਼ਤਰ ਵਿੱਚ ਸੱਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਜਿਹੜੇ ਪਰਿਵਾਰ ਦੇ ਸਾਰੇ ਜੀ ਕੋਰੋਨਾ ਦੀ ਲਪੇਟ ਵਿੱਚ ਆਏ ਹਨ ਅਤੇ ਉਹ ਰੋਟੀ ਤੋਂ ਵੀ ਮਥਾਜ ਹਨ, ਉਹ ਦਿੱਲੀ ਗੁਰਦੁਆਰਾ ਕਮੇਟੀ ਦੀ ਹੈਲਪਲਾਈਨ 'ਤੇ ਸੰਪਰਕ ਕਰਨ ਤਾਂ ਕਮੇਟੀ ਦੀ ਟੀਮ ਅਜਿਹੇ ਪਰਿਵਾਰਾਂ ਨੂੰ 3 ਟਾਈਮ ਦੀ ਰੋਟੀ ਪਹੁੰਚਾਉਣ ਦੀ ਸੇਵਾ ਨਿਭਾਵੇਗੀ। ਸਰਦਾਰ ਮਨਜਿੰਦਰ ਸਿੰਘ ਸਿਰਸਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਵੱਲੋਂ ਪਹਿਲਾਂ ਦੀ ਤਰ੍ਹਾਂ ਗੁਰਦੁਆਰਾ ਬੰਗਲਾ ਸਾਹਿਬ ਅਤੇ ਹੋਰ ਗੁਰਧਾਮਾਂ ਤੋਂ ਲੰਗਰ ਸੇਵਾ ਮੁੜ ਸ਼ੁਰੂ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਹਰ ਲੋੜਵੰਦ ਨੂੰ ਲੰਗਰ ਛਕਾਇਆ ਜਾਵੇਗਾ ਅਤੇ ਕਮੇਟੀ ਦੇ ਲੰਗਰ ਹਾਲ ਅਤੇ ਹੋਰ ਗੈਸਟ ਹਾਲ ਵੀ ਹਸਪਤਾਲਾਂ ਵਿੱਚ ਤਬਦੀਲ ਕੀਤੇ ਜਾਣਗੇ। ਉਹਨਾਂ ਨੇ ਇਸ ਮੌਕੇ ਹੈਲਪਲਾਈਨ ਨੰਬਰ 98 119 14 050, 98 101 83 0 38, 99 530 86 923, 93 125 21 855 ਅਤੇ 99 933 655 ਹੈਲਪਲਾਈਨ ਨੰਬਰ ਜਾਰੀ ਕੀਤੇ। ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਸੰਬੰਧ ਵਿੱਚ ਲਾਈਆਂ ਜਾ ਰਹੀਆਂ ਪਾਬੰਦੀਆਂ ਦੇ ਸੰਬੰਧ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣਾ ਪ੍ਰਤੀਕਰਮ ਜ਼ਾਹਰ ਕੀਤਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਕੋਰੋਨਾ ਸੰਬੰਧੀ ਸਰਕਾਰ ਯਕਦਮ ਪਾਬੰਦੀਆਂ ਲਗਾ ਕੇ ਲੋਕਾਂ ਵਿੱਚ ਦਹਿਸ਼ਤ ਪੈਦਾ ਨਾ ਕਰੇ, ਸਗੋਂ ਲੋਕਾਂ ਨੂੰ ਚੇਤਨ ਕਰੇ ਅਤੇ ਉਹਨਾਂ ਨੂੰ ਹੌਸਲਾ ਅਫਜ਼ਾਈ ਕਰਨ ਵਾਲੇ ਯਤਨ ਕਰੇ। ਉਹਨਾਂ ਕਿਹਾ ਕਿ ਦਹਿਸ਼ਤ ਦਾ ਲੋਕਾਂ 'ਤੇ ਮਾੜਾ ਅਸਰ ਪੈਂਦਾ ਹੈ ਅਤੇ ਇਸ ਨਾਲ ਲੋਕਾਂ ਦਾ ਸਰੀਰਕ ਅਤੇ ਮਾਨਸਿਕ ਸਰਵਪੱਖੀ ਨੁਕਸਾਨ ਹੁੰਦਾ ਹੈ। ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਸਰਦਾਰ ਹਰਵਿੰਦਰ ਸਿੰਘ ਫੂਲਕਾ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਹੈ ਜਿਸ ਵਿੱਚ ਜਾਣਕਾਰੀ ਦਿੱਤੀ ਹੈ ਕਿ ਸੱਜਣ ਕੁਮਾਰ ਦੇ ਖਿਲਾਫ਼ ਇੱਕ ਹੋਰ ਕੇਸ ਵਿੱਚ, 2 ਸਿੱਖਾਂ ਦਾ ਕਤਲ ਕਰਨ ਵਾਲੇ ਕੇਸ ਵਿੱਚ ਉਸਦੀ ਚਾਰਜਸ਼ੀਟ ਅਦਾਲਤ ਵਿੱਚ ਫਾਈਲ ਹੋ ਗਈ ਹੈ। ਸੱਜਣ ਕੁਮਾਰ ਨੂੰ ਉਸ ਕੇਸ ਵਿੱਚ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ 1984 ਸਿੱਖ ਕਤਲੇਆਮ ਦਾ ਤੀਸਰਾ ਕੇਸ ਹੈ ਜਿਸ ਵਿੱਚ ਸੱਜਣ ਕੁਮਾਰ ਨੂੰ ਨਾਮਜ਼ਦ ਕੀਤਾ ਗਿਆ ਹੈ। ਪਹਿਲਾ ਕੇਸ ਦਿੱਲੀ ਕੈਂਟ ਥਾਣੇ ਦਾ ਹੈ ਜਿਸ ਵਿੱਚ ਸੱਜਣ ਕੁਮਾਰ ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ ਜਿਸ ਕਰਕੇ ਉਹ ਜੇਲ੍ਹ ਵਿੱਚ ਬੰਦ ਹੈ। ਦੂਸਰਾ ਕੇਸ ਸੁਲਤਾਨਪੁਰੀ ਥਾਣੇ ਦਾ ਹੈ ਜਿਸ ਇਹ ਕੇਸ ਦੀਆਂ ਅਦਾਲਤ ਵਿੱਚ ਗਵਾਹੀਆਂ ਚੱਲ ਰਹੀਆਂ ਹਨ ਅਤੇ ਹੁਣ ਇਹ ਤੀਜਾ ਕੇਸ ਸੁਭਾਸ਼ ਪੈਲਸ ਥਾਣੇ ਦਾ ਹੈ ਜਿਸ ਵਿੱਚ ਸੱਜਣ ਕੁਮਾਰ ਉੱਪਰ 2 ਸਿੱਖਾਂ ਦੇ ਕਤਲ ਦਾ ਦੋਸ਼ ਹੈ ਜਿਸ ਦੀ ਚਾਰਜਸ਼ੀਟ ਅਦਾਲਤ ਵਿੱਚ ਫਾਈਲ ਕਰ ਦਿੱਤੀ ਗਈ ਹੈ ਅਤੇ ਹੁਣ ਇਸ ਦਾ ਵੀ ਟ੍ਰਾਇਲ ਚੱਲੇਗਾ। ਕੋਰਟ ਨੇ ਇਸ ਕੇਸ ਵਿੱਚ ਅਗਲੀ ਤਰੀਕ 5 ਮਈ ਦੀ ਦਿੱਤੀ ਹੈ। ਇਸ ਕੇਸ ਵਿੱਚ ਪਿਓ ਪੁੱਤ ਜਸਵੰਤ ਸਿੰਘ ਅਤੇ ਤਰਨ ਅਨੂਪ ਸਿੰਘ ਦਾ ਕਤਲ ਰਾਜਨਗਰ ਪੰਜਾਬੀ ਬਾਗ ਦੇ ਇਲਾਕੇ ਵਿੱਚ ਕੀਤਾ ਗਿਆ ਸੀ। ਇਸ ਤੋਂ ਇਲਾਵਾ ਸਰਦਾਰ ਹਰਵਿੰਦਰ ਸਿੰਘ ਫੂਲਕਾ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇੱਕ ਖੁਲਾਸੇ ਨੂੰ ਲੈ ਕੇ ਵੀ ਆਪਣਾ ਬਿਆਨ ਦਿੱਤਾ ਹੈ।
कुंवर विजय प्रताप सिंह ने एच एस फूलका खिलाफ़ बयान दिता सी कि एच एस फूलका ने गुरु साहिब की बेअदबी और कोटकपूरा गोलीकांड के केस की पंजाब हरियाणा हाईकोर्ट के पैरवी करने तो मना कर दिता सी ते उस करके केस हार गए ते कुंवर विजय प्रताप सिंह नूं अस्तीफा देना पिया। सरदार फूलका ने कहा कि वह कुंवर विजय प्रताप सिंह के खिलाफ़ कुछ नहीं बोलना चाहते क्योंकि यह गल मानते हैं कि अगर इस केस की साड़ी आपसी लड़ाई हो जाती है तो इसका फायदा विरोधियों ते मुलजमान नूं होगा। इसलिए यह बहुत ज़्यादा जरूरी है कि जे कोई भी इस केस के दोषियों नूं सज़ा दवाउण लई काम करिया है उन्हां सारयां नूं आपस विच इकट्ठे मिल के चलना चाहीदा है। इस करके इस मुद्दे उपर वह कुंवर विजय प्रताप सिंह के खिलाफ बयान नहीं देंगे। फूलका ने कहा कि जितों तक उन्हां दी पंजाब हरियाणा हाईकोर्ट में केस लड़न तो इनकार की गल है कुछ समा पहला इस केस की पीड़ित धिर वलों एक पीड़ित उन्हां नूं मिलन जरूर आया सी जिसने इस केस के कागज़ उन्हां नूं सौंपे ते कहा कि कुंवर विजय प्रताप सिंह ने उन्हां नूं यह कागज़ फूलका नूं सौंपण दे लई कहा है। फिर जदों एच एस फूलका ने उन्हां पीड़ितां तों पुछया कि उन्हां की उन्हां दे इस वेले वकील कौन हन तां उन्हां ने दस्सिया कि पिछले कई सालों तों उन्हां पीड़ितां दे वकील राजविंदर सिंह बैंस सीनियर एडवोकेट पंजाब हरियाणा हाईकोर्ट हन। उन्होंने ही पीड़ितां नूं मुआवजा भी दवाया है। फिर सरदार फूलका ने पीड़ितां नूं पुछया कि तुसीं फिर अपना वकील बदलना क्यों चाहते हो तां पीड़ित ने कहा कि असीं वकील राजविंदर सिंह बैंस नूं नहीं बदलना चाहते सानूं तां सिर्फ कुंवर विजय प्रताप सिंह जी ने तुहाडे कोल भेजा है बाकी तुसीं उन्हां नाल गल कर लवो। उस तों बाद जदों सरदार फूलका ने कुंवर विजय प्रताप सिंह नाल गल कीती तां कुंवर विजय प्रताप सिंह ने कहा कि वह चाहते हैं कि सरदार फूलका इस केस नूं करन ते राजविंदर बैंस नूं बदलिया जाए। इस दौरान फूलका ने कुंवर विजय प्रताप सिंह नूं कहा कि उन्हां नूं राजविंदर सिंह बैंस ते पूरा विश्वास है। राजविंदर सिंह बैंस एक उगे मनुखी अधिकारां दे वकील हन। पंजाब हरियाणा हाईकोर्ट के उन्हों का बहुत मान सत्कार है। सरदार फूलका ने यह भी कहा कि वह एक राजनीतिक लीडर रहे हैं तो पंजाब हरियाणा हाईकोर्ट के जजों में उन्होंने एक राजनीतिक लीडर होने का प्रभाव जाता है। इसलिए एक मनुखी अधिकार के वकील राजविंदर सिंह बैंस को बदल के सरदार फूलका का आना उस केस लई बिल्कुल ठीक नहीं रहेगा जिस नाल मुलजम पहला ही यह दावा करते हैं कि यह सब कुछ राजनीतिक रंगत करके उन्होंने फसाया जा रहा है। सरदार फूलका के आने नाल मुलजमान के इस दावे नूं होर ज़्यादा तरजीह ते सहयोग मिल जाएगा। इस करके सरदार फूलका ने कहा कि चंगी रणनीति यही है कि राजविंदर सिंह बैंस नूं बदलना ठीक नहीं होगा पर अगर यह केस सुप्रीम कोर्ट में आता है तो सरदार फूलका इस केस करन दी पूरी पैरवी करनगे अते इनू लड़नगे। कणक की खरीद ना होण कारण पंजाब विच वख-वख थावां तों खबरां आ रही हैं कि किसानां ने वख-वख थावां ते सड़कां ते जाम लगाए अते पंजाब सरकार विरुद्ध प्रदर्शन किए हैं। तलवंडी साबो दे पिंड भागवी दर वखे किसान यूनियन ने दिल्ली बठिंडा मार्ग ते जाम लाया अते नारेबाज़ कीती। उन्हां दोष लाया कि पंजाब सरकार कणक की खरीद करन ते लख दावे कर रही है पर जमीनी हकीकत कुछ हो रही है। पिंडां दीआं मंडियां विच कणक की खरीद नहीं कीती जा रही। दिल्ली बठिंडा हाईवे जाम ते किसान यूनियन डकोदा ने पंजाब सरकार खिलाफ़ रज के नारेबाजी कीती। इस तरह कपूरथला दे बेगोवाल मंडी विखे कणक की खरीद ना होण कारण अते बारदाने की कमी कारण किसानां ने लगभग बेगोवाल रोड विखे 2 घंटे का धरना लगाया अते सड़क नूं जाम कीता। पिछले हफ्ता 10 दिनों तो दाणा मंडी किलियां वाली विखे खज्जल खुआर हो रहा किसानां ने भारतीय किसान यूनियन एकता उगराहां की अगवाई हेठ वरदे मीह विच पनसप दे इंस्पैक्टर केशव कुमार का घराओ किया। किसानां ने दोष लाया कि मीह के कारण मंडियां खुले विच पई हुई कणक हज़ारां क्विंटल भिज गई है अते बर्बाद हो गई है। इस तरह ब्लाक बाघा पुराणा की मार्केट कमेटी अधीन पेंदे खरीद केंद्र ठट्ठी भाई विखे 8 दिनों तो भी वधेरे मंडी च पई हज़ारां क्विंटल कणक अज मीह पैण कारण भिज गई। किसानों ने दस्या कि वह 13 अप्रैल तो मंडी विच अपनी कणक लैके बैठे हुए हैं। सुनाम ऊधम सिंह वाला तो भी खबर है कि किसानों ने दोष लाया कि वह अपनी कणक वेचण लई जिथे पहला ही बारदाने की घाट अदायगी लैके मंडियों रोल रहे हैं उत्थे अज पै मीह कारण कणक की खरीद में भी
कुछ समय ਲਈ ਇੱਕ ਵਾਰ ਫਿਰ ਰੋਕ ਲੱਗ ਗਈ ਹੈ। ਲਹਿਰਾ ਗਾਗਾ ਤੋਂ ਖਬਰ ਹੈ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ SDM ਦਫ਼ਤਰ ਵਿਖੇ ਧਰਨਾ ਲਗਾ ਕੇ SDM ਲਹਿਰਾ ਗਾਗਾ ਅਤੇ ਤਹਿਸੀਲਦਾਰ ਲਹਿਰਾ ਗਾਗਾ ਨੂੰ ਬੰਦੀ ਬਣਾ ਕੇ ਰੱਖਿਆ ਅਤੇ ਜਥੇਬੰਦੀ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਮੰਡੀਆਂ ਵਿੱਚ ਬਾਰਦਾਨਾ ਨਹੀਂ ਪਹੁੰਚੇਗਾ ਉਹ ਉਦੋਂ ਤੱਕ ਅਧਿਕਾਰੀਆਂ ਨੂੰ ਬੰਦੀ ਬਣਾ ਕੇ ਰੱਖਣਗੇ। ਮੀਂਹ ਪੈਣ ਦੇ ਬਾਵਜੂਦ ਵੀ ਕਿਸਾਨਾਂ ਨੇ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਹੈ। ਇਸ ਧਰਨੇ ਵਿੱਚ ਔਰਤਾਂ ਦੀ ਵੀ ਵੱਡੀ ਗਿਣਤੀ ਸ਼ਾਮਲ ਹੈ। ਪੰਜਾਬ ਸਰਕਾਰ ਨੇ ਕੋਰੋਨਾ ਦੇ ਮੱਦੇਨਜ਼ਰ ਪਟਵਾਰੀ ਅਤੇ ਜ਼ਿਲ੍ਹੇਦਾਰ ਦੀਆਂ ਅਸਾਮੀਆਂ ਲਈ 2 ਮਈ 2021 ਨੂੰ ਲਈ ਜਾਣ ਵਾਲੀ ਪ੍ਰੀਖਿਆ ਮੁਲਤਵੀ ਕਰ ਦਿੱਤੀ ਹੈ। ਇਹ ਜਾਣਕਾਰੀ ਬੋਰਡ ਦੇ ਚੇਅਰਮੈਨ ਰਮਲ ਬਹਿਰ ਨੇ ਦਿੱਤੀ। ਉਹਨਾਂ ਦੱਸਿਆ ਕਿ ਬੋਰਡ ਵੱਲੋਂ ਇਸ਼ਤਿਹਾਰ ਰਾਹੀਂ ਪਟਵਾਰੀ, ਜ਼ਿਲ੍ਹੇਦਾਰ, ਬੁਕਿੰਗ ਕਲਰਕ ਦੀਆਂ ਅਸਾਮੀਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਗਈ ਸੀ। ਇਹਨਾਂ ਅਸਾਮੀਆਂ ਲਈ ਲਿਖਤੀ ਪ੍ਰੀਖਿਆ ਦੀ ਤਾਰੀਖ 2 ਮਈ ਤੈਅ ਕੀਤੀ ਗਈ ਸੀ, ਜੋ ਕਿ ਹੁਣ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਮੁਲਤਵੀ ਕਰ ਦਿੱਤੀ ਗਈ ਹੈ। ਬਹਿਲ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵੱਲੋਂ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ 19 ਅਪ੍ਰੈਲ 2021 ਨੂੰ ਮੀਟਿੰਗ ਕੀਤੀ ਗਈ ਅਤੇ ਕੋਰੋਨਾ ਮਹਾਂਮਾਰੀ ਦੀ ਮੌਜੂਦਾ ਗੰਭੀਰ ਸਥਿਤੀ ਨੂੰ ਕੰਟਰੋਲ ਕਰਨ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਪ੍ਰਬੰਧਾਂ ਨੂੰ ਰਿਵਿਊ ਕੀਤਾ ਗਿਆ। ਇਸ ਮੀਟਿੰਗ ਦੌਰਾਨ ਲੋਕ ਹਿੱਤ ਵਿੱਚ ਲਏ ਗਏ ਹੋਰਨਾਂ ਫੈਸਲਿਆਂ ਤੋਂ ਇਲਾਵਾ ਅਧੀਨ ਸਭਾਵਾਂ ਚੋਣ ਬੋਰਡ ਵੱਲੋਂ ਇਸ਼ਤਿਹਾਰ ਰਾਹੀਂ ਪ੍ਰਕਾਸ਼ਿਤ ਕੀਤੀਆਂ ਪਟਵਾਰੀ, ਜ਼ਿਲ੍ਹੇਦਾਰ, ਬੁਕਿੰਗ ਕਲਰਕ ਦੀਆਂ ਅਸਾਮੀਆਂ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਮੁਲਤਵੀ ਕਰਨ ਦਾ ਫੈਸਲਾ ਵੀ ਲੈ ਲਿਆ ਗਿਆ ਹੈ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਕੱਚੇ ਮੁਲਾਜ਼ਮਾਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਉਹਨਾਂ ਦੀਆਂ ਸੇਵਾਵਾਂ ਹੋਰ 1 ਸਾਲ ਲਈ, ਜਾਣੀ ਕਿ 2021-22 ਲਈ ਜਾਰੀ ਰੱਖਣ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਇਸ ਸੰਬੰਧੀ ਪੱਤਰ ਵੀ ਜਾਰੀ ਕਰ ਦਿੱਤਾ ਹੈ। ਸਕੂਲ ਸਿੱਖਿਆ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਹ ਕੱਚੀਆਂ ਅਸਾਮੀਆਂ ਸਾਲ 2020-21 ਲਈ ਭਰੀਆਂ ਗਈਆਂ ਸਨ। ਦੇਸ਼ ਵਿੱਚ ਕੋਰੋਨਾ ਕਾਰਨ ਸ਼ੁਰੂ ਹੋਈ ਤਾਲਾਬੰਦੀ ਦਾ ਅਸਰ ਮਜ਼ਦੂਰਾਂ ਦੇ ਉੱਪਰ ਪੈਣਾ ਸ਼ੁਰੂ ਹੋ ਗਿਆ ਹੈ। ਦਿੱਲੀ ਸਮੇਤ ਮਹਾਰਾਸ਼ਟਰ, ਗੁਜਰਾਤ ਤੋਂ ਪ੍ਰਵਾਸੀ ਮਜ਼ਦੂਰਾਂ ਦਾ ਵਾਪਸ ਆਪਣੇ ਘਰ ਨੂੰ ਪਰਤਣਾ ਸ਼ੁਰੂ ਹੋ ਗਿਆ ਹੈ। ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਤਾਲਾਬੰਦੀ ਦੇ ਕਾਰਨ ਆਪਣੇ ਮੌਕੇ ਨੂੰ ਸੰਭਾਲਣ ਲਈ ਆਪਣੇ ਘਰਾਂ ਨੂੰ ਪਰਤ ਰਹੇ ਹਨ। ਦੂਜੇ ਪਾਸੇ ਦਿੱਲੀ ਤੋਂ ਵਾਪਸ ਪਰਤ ਰਹੇ ਮਜ਼ਦੂਰਾਂ ਦੀ ਸਥਿਤੀ ਉੱਤੇ ਦਿੱਲੀ ਦੇ ਉਪ ਰਾਜਪਾਲ ਨੇ ਚਿੰਤਾ ਜ਼ਾਹਰ ਕੀਤੀ ਹੈ। ਉਪ ਰਾਜਪਾਲ ਅਨਿਲ ਬੈਜਲ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਨਾ ਜਾਣ ਦੀ ਅਪੀਲ ਕੀਤੀ ਅਤੇ ਭਰੋਸਾ ਦਿੱਤਾ ਹੈ ਕਿ ਅਸੀਂ ਹਰ ਤਰ੍ਹਾਂ ਦੀ ਮਦਦ ਲਈ ਤਿਆਰ ਹਾਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣੀ ਪਤਨੀ ਸੁਨੀਤਾ ਕੇਜਰੀਵਾਲ ਦੇ ਕੋਰੋਨਾ ਪਾਜ਼ਿਟਿਵ ਆਉਣ ਤੋਂ ਬਾਅਦ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਹੈ। ਸੁਨੀਤਾ ਕੇਜਰੀਵਾਲ ਦੀ ਕੋਰੋਨਾ ਰਿਪੋਰਟ ਪਾਜ਼ਿਟਿਵ ਆਈ ਹੈ ਅਤੇ ਉਹ ਵੀ ਆਪਣੇ ਘਰ ਵਿੱਚ ਇਕਾਂਤਵਾਸ ਹੋ ਗਏ ਹਨ। ਕਾਂਗਰਸ ਨੇਤਾ ਰਾਹੁਲ ਗਾਂਧੀ ਵੀ ਕੋਰੋਨਾ ਪਾਜ਼ਿਟਿਵ ਹੋ ਗਏ ਹਨ ਅਤੇ ਉਹਨਾਂ ਨੂੰ ਇਸ ਵਾਇਰਸ ਦੇ ਹਲਕੇ ਜਿਹੇ ਲੱਛਣ ਆ ਗਏ ਹਨ। ਭਾਜਪਾ ਦੇ ਰਾਸ਼ਟਰੀ ਪ੍ਰਧਾਨ JP ਨੱਡਾ ਨੇ ਪ੍ਰਧਾਨ ਮੰਤਰੀ ਦੀਆਂ ਜਨਤਕ ਰੈਲੀਆਂ ਅਤੇ ਹੋਰ ਰੈਲੀਆਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਉਹਨਾਂ ਨੂੰ ਲਾਗੂ ਹੋਣਗੇ ਨਵੇਂ ਰੰਗ ਢੰਗ ਨਾਲ ਚਲਾਉਣ ਲਈ ਇਕੱਤਰਤਾ ਕੀਤੀ। ਭਾਜਪਾ ਨੇ ਫੈਸਲਾ ਲਿਆ ਕੇ ਪੱਛਮੀ ਬੰਗਾਲ ਵਿੱਚ ਪ੍ਰਧਾਨ ਮੰਤਰੀ ਹਰੇ ਅਤੇ ਹੋਰ ਕੇਂਦਰੀ ਮੰਤਰੀ ਦੁਆਰਾ 500 ਤੋਂ ਵੱਧ ਲੋਕਾਂ ਨਾਲ ਸਿਰਫ ਛੁੱਟੀਆਂ ਪਬਲਿਕ ਮੀਟਾਂ ਹੀ ਕੀਤੀਆਂ ਜਾਣਗੀਆਂ। ਨੋਇਡਾ ਦੇ ਤੇ ਹੋਮ ਡਿਲੀਵਰੀ ਦੀ ਇਜਾਜ਼ਤ 18 ਦੇ ਗੁਰਦੁਆਰਾ ਮੁੱਖ ਮੰਤਰੀ ਸਿੰਘ ਸਭਾ ਨੇ ਕਿਹਾ ਕਿ ਇਹ ਨਵੀਆਂ ਪਾਬੰਦੀਆਂ ਸੇਵਾ ਦੀ ਪਹਿਲ ਕਦਮੀ ਕੀਤੀ ਹੈ ਤੇ ਬਾਜ਼ਾਰਾਂ ਨੂੰ ਕੋਰੋਨਾ ਦੇ ਵਧਦੇ ਕੇਸਾਂ ਤੇ ਹਸਪਤਾਲਾਂ ਵਿੱਚ ਬਿਸਤਰਿਆਂ ਦੀ ਘਾਟ ਕਾਰਨ ਇਹਨਾਂ ਵਾਲੀਆਂ ਪਾਬੰਦੀਆਂ ਮਰੀਜ਼ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਗੁਰਦੁਆਰੇ ਦੇ ਸੇਵਾਦਾਰਾਂ ਵੱਲੋਂ ਕੋਰੋਨਾ ਮਰੀਜ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਦੇ ਵਿੱਚ 2 ਸਮੇਂ ਦਾ ਖਾਣਾ ਉਹਨਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਹੈ। ਗੁਰਦੁਆਰੇ ਦੇ ਹੈੱਡ ਗ੍ਰੰਥੀ ਗਿਆਨੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਹ ਸੇਵਾ ਪਿਛਲੇ ਸਾਲ ਸਤੰਬਰ ਤੋਂ ਕੀਤੀ ਜਾ ਰਹੀ ਹੈ। ਉਹਨਾਂ ਨੇ ਕੋਰੋਨਾ ਦੇ ਹਾਲਾਤ ਸੁਧਰਨ ਕਾਰਨ ਇਹ ਸੇਵਾ ਕੁਝ ਸਮੇਂ ਲਈ ਬੰਦ ਕਰ ਦਿੱਤੀ ਸੀ, ਜੋ ਹੁਣ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਉਹਨਾਂ ਨੂੰ ਨੋਇਡਾ ਤੋਂ ਇਲਾਵਾ ਹੋਰ ਵੀ ਆਲੇ ਦੁਆਲੇ ਤੋਂ ਫੋਨ ਆ ਰਹੇ ਹਨ, ਪਰ ਸੇਵਾਦਾਰਾਂ ਦੀ ਘਾਟ ਕਾਰਨ ਉਹ ਦੂਰ ਰਹਿੰਦੇ ਮਰੀਜ਼ਾਂ ਤੱਕ ਇਹ ਸੇਵਾ ਨਹੀਂ ਪਹੁੰਚਾ ਰਹੇ ਹਨ।
ਕੋਵਿਡ ਸਮੀਖਿਆ ਸਮਿਤੀ ਦੀ ਉੱਚਪੱਧਰੀ ਮੀਟਿੰਗ ਦੌਰਾਨ ਬੋਰਡ ਦੇ ਮਾਰਗ ਦੀਆਂ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਚੰਡੀਗੜ੍ਹ ਯੂਟੀ ਦੇ ਸਲਾਹਕਾਰ ਬਾਰਵੀਂ ਦੀਆਂ ਪ੍ਰੀਖਿਆਵਾਂ ਆਫਲਾਈਨ ਕਰਵਾਉਣ ਲਈ ਬਾਅਦ ਵਿੱਚ ਫੈਸਲਾ ਕੀਤਾ ਜਾਵੇਗਾ ਤਾਂ ਜੋ ਸਮੁੱਚੇ ਟ੍ਰੈਫਿਕ ਵਿੱਚ ਤਾਲਾਬੰਦੀ ਕੀਤੀ ਜਾ ਸਕੇ। ਦਸਵੀਂ ਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਮੁੱਖ ਮੰਤਰੀ ਨੇ ਇਸ ਸੰਬੰਧੀ ਲੋੜੀਂਦੇ ਨੋਟੀਫਿਕੇਸ਼ਨ ਜਲਦੀ ਹੀ ਜਾਰੀ ਕਰ ਦਿੱਤੇ ਜਾਣਗੇ। ਦਿੱਲੀ ਹਾਈ ਕੋਰਟ ਨੇ ਅੱਜ ਕੇਂਦਰ ਨੂੰ ਕਿਹਾ ਹੈ ਕਿ ਕਿਸਾਨ ਮੋਰਚੇ ਨਾਲ ਸੰਬੰਧਿਤ ਲੁਧਿਆਣਾ ਦੇ ਕਿਸਾਨ ਆਗੂ ਆਕਸੀਜਨ ਨਹੀਂ ਮਿਲ ਰਹੀ, ਇਸ ਕਰਕੇ ਸਨਅਤ ਨੂੰ ਭੇਜੀ ਜਾਣ ਵਾਲੀ ਆਕਸੀਜਨ ਦੀ ਸਪਲਾਈ ਹਸਪਤਾਲ ਨੂੰ ਭੇਜੀ ਜਾਵੇ। ਜਦੋਂ ਤੱਕ ਜਸਟਿਸ ਵਿਪਨ ਸੰਘੀ ਤੇ ਰੇਖਾ ਪੰਨੀ ਦੇ ਬੈਂਚ ਨੇ ਕਿਹਾ ਕਿ ਇਸ ਵੇਲੇ ਕੋਰੋਨਾ ਕਾਰਨ ਆਕਸੀਜਨ ਦੀਆਂ ਖਤਰੇ ਵਿੱਚ ਹਨ, ਪਰ ਸਨਅਤ ਆਕਸੀਜਨ ਦੀ ਸਪਲਾਈ ਬਾਰੇ ਹਾਲੇ ਇੰਤਜ਼ਾਰ ਕਰ ਸਕਦੀ ਹੈ, ਪਰ ਮਰੀਜ਼ ਨਹੀਂ ਇੰਤਜ਼ਾਰ ਕਰ ਸਕਦੇ। ਬੈਂਚ ਨੇ ਕਿਹਾ ਕਿ ਸੁਣ ਵਿੱਚ ਆ ਰਿਹਾ ਹੈ ਕਿ ਗੰਗਾ ਰਾਮ ਹਸਪਤਾਲ ਵਿੱਚ ਡਾਕਟਰ ਕੋਰੋਨਾ ਮਰੀਜ਼ਾਂ ਨੂੰ ਲੋੜ ਅਨੁਸਾਰ ਆਕਸੀਜਨ ਨਹੀਂ ਲਾ ਰਹੇ ਕਿਉਂਕਿ ਇੱਥੇ ਆਕਸੀਜਨ ਦੀ ਕਮੀ ਬਣੀ ਹੋਈ ਹੈ। ਕੇਂਦਰੀ ਸਿੱਖਿਆ ਮੰਤਰੀ ਰਮੇਸ਼ ਪੋਖਰਿਆਲ ਨੇ ਅੱਜ ਐਲਾਨ ਕੀਤਾ ਕਿ 2 ਤੋਂ 7 ਮਈ ਤੱਕ ਹੋਣ ਵਾਲੀ UGC ਕੌਮੀ ਯੋਗਤਾ ਪ੍ਰੀਖਿਆ ਨੈਟ ਨੂੰ ਕੋਰੋਨਾ ਦੇ ਕੇਸ ਵਧਣ ਕਰਕੇ ਮੁਲਤਵੀ ਕਰ ਦਿੱਤਾ ਗਿਆ ਹੈ। ਕੌਮੀ ਪ੍ਰੀਖਿਆ ਏਜੰਸੀ ਦੇ ਜ਼ਿਕਰਯੋਗ ਹੈ ਕਿ ਅੰਮ੍ਰਿਤਸਰ ਦੇ ਕਸਬਾ ਕੁਪਵਾਲਾ ਦੇ ਸਟੇਡੀਅਮ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਬੈਨਰ ਹੇਠ ਸਰਵਉੱਚ ਅਦਾਲਤ ਨੇ ਅੱਜ ਇਲਾਹਾਬਾਦ ਹਾਈ ਕੋਰਟ ਵੱਲੋਂ 5 ਸ਼ਹਿਰਾਂ ਵਿੱਚ ਲਾਕਡਾਊਨ ਲਾਉਣ ਦੇ ਹੁਕਮਾਂ ਤੇ ਰੋਕ ਲਾ ਦਿੱਤੀ ਹੈ। ਇਸ ਤੋਂ ਪਹਿਲਾਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਨੇ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਉੱਤਰ ਪ੍ਰਦੇਸ਼ ਸਰਕਾਰ ਦੀ ਪਟੀਸ਼ਨ ਤੇ ਜਲਦੀ ਸੁਣਵਾਈ ਕੀਤੀ ਜਾਵੇ। ਸਰਵਉੱਚ ਅਦਾਲਤ ਦੇ ਮੁੱਖ ਜੱਜ ਐਸ ਬੋਬਡੇ ਦੀ ਅਗਵਾਈ ਵਾਲੇ ਬੈਂਚ ਨੇ ਇਸ ਪਟੀਸ਼ਨ ਤੇ ਅੱਜ ਸੁਣਵਾਈ ਕਰਨ ਦੀ ਸਹਿਮਤੀ ਦੇ ਦਿੱਤੀ ਹੈ। ਇਸ ਤੋਂ ਪਹਿਲਾਂ ਹਾਈ ਕੋਰਟ ਨੇ ਸਰਕਾਰ ਨੂੰ 5 ਸ਼ਹਿਰਾਂ ਵਿੱਚ ਸ਼ਾਪਿੰਗ ਮਾਲ ਤੇ ਹੋਟਲ ਰੋਕੂ ਟੀਕੇ ਲੱਗੇ ਹੋਏ ਹਨ, ਉਡਾਨ ਭਰਨ ਲਈ ਤਿਆਰ ਖੜੇ ਸਨ। ਆਮ ਆਦਮੀ ਪਾਰਟੀ ਸਪਾਈਸ ਜੈਟ ਨੇ ਮੌਕੇ ਤੇ ਹੀ ਉਹਨਾਂ ਨੂੰ ਲੈ ਕੇ ਜਾਣ ਤੋਂ ਇਨਕਾਰ ਕਰ ਦਿੱਤਾ, ਜਿਸ ਤੇ ਯਾਤਰੀਆਂ ਨੇ ਰੋਸ ਵਜੋਂ ਭਾਰੀ ਹੰਗਾਮਾ ਕੀਤਾ ਅਤੇ ਦੋਸ਼ ਲਾਇਆ ਕਿ ਕੰਪਨੀ ਦੇ ਇਸ ਰਵੱਈਏ ਕਰਕੇ ਯਾਤਰੀਆਂ ਦਾ ਭਾਰੀ ਮਾਲੀ ਨੁਕਸਾਨ ਹੋਇਆ ਹੈ ਅਤੇ ਮਹਿੰਗੇ ਭਾੜੇ ਦੀਆਂ ਖਰੀਦੀਆਂ ਟਿਕਟਾਂ ਉਹ ਬਰਬਾਦ ਹੋ ਗਈਆਂ ਹਨ। ਸਿੱਧੂ ਨੂੰ ਕੰਪਨੀ ਦੇ ਖਿਲਾਫ ਭੜਕੇ ਹੋਏ ਯਾਤਰੀਆਂ ਵੱਲੋਂ ਭਾਰੀ ਹੰਗਾਮਾ ਕਰਦਿਆਂ ਉਸ ਮੌਕੇ ਤੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਪਹੁੰਚੇ ਅਤੇ ਉਹਨਾਂ ਨੇ ਸਾਰੇ ਯਾਤਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਭਰੋਸਾ ਦਵਾਇਆ ਕਿ ਉਹ ਉਹਨਾਂ ਦੀ ਇਸ ਸਮੱਸਿਆ ਨੂੰ ਅੱਗੇ ਪ੍ਰਸ਼ਾਸਨ ਨਾਲ ਸਾਂਝਾ ਕਰਨਗੇ। ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਅਚਾਨਕ ਹੀ ਦਿੱਲੀ ਤੋਂ ਰਾਜਾ ਸੰਸੀ ਪਰਤੇ ਸਨ ਅਤੇ ਉਹਨਾਂ ਨੇ ਇਹ ਸਾਰਾ ਮਾਹੌਲ ਆਪਣੀ ਅੱਖੀਂ ਦੇਖਿਆ। ਖਬਰਾਂ ਦਾ ਸਮਾਂ ਸਮਾਪਤ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਜ਼ਾ ਖਬਰਾਂ ਨਾਲ ਬਣੇ ਰਹਿਣ ਲਈ ਉਜਾਗਰ ਕੀਤਾ। ਰਿਪੋਰਟ ਟੀਵੀ ਨੂੰ ਸਬਸਕ੍ਰਾਈਬ ਕਰਨਾ ਹੋਵੇਗਾ। ਖੁੱਲ ਕੇ ਬੋਲੇ, ਖਬਰਾਂ ਨਾਲ ਬਣੇ ਰਹਿਣ ਲਈ ਧੰਨਵਾਦ।